ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਸਰਹੱਦੀ ਪਿੰਡ ਦੋਦੇ ਸੋਡੀਆਂ ਵਿਖੇ ਅਣਪਛਾਤੀ ਕਾਰ ਮਿਲਣ ਨਾਲ ਪਿੰਡ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੋਡੇ ਸੋਡੀਆਂ 'ਚ ਇਟਾਸ ਕੰਪਨੀ ਦੀ ਕਾਰ ਜਿਸਦਾ ਨੰਬਰ PB01B8518 ਹੈ ਲਵਾਰਿਸ ਖੜੀ ਨਜ਼ਰ ਆਈ, ਜਿਸ ਤੋਂ ਬਾਅਦ ਪਿੰਡ ਦੇ ਹੀ ਕਿਸੇ ਵਿਅਕਤੀ ਵੱਲੋਂ ਇਸ ਲਵਾਰਿਸ ਕਾਰ ਦੀ ਜਾਣਕਾਰੀ ਖਾਲੜਾ ਪੁਲਿਸ ਨੂੰ ਦਿੱਤੀ। ਉਧਰ ਜਾਣਕਾਰੀ ਮਿਲਣ ਉਪਰੰਤ ਖਾਲੜਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਵਾਰਿਸ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ SHO ਬਲਜੀਤ ਸਿੰਘ ਕੱਲ੍ਹ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੋਦੇ ਸੋਡੀਆਂ ਦੇ ਹੀ ਕਿਸੇ ਵਿਅਕਤੀ ਵੱਲੋਂ ਇਸ ਅਣਪਛਾਤੀ ਕਾਰ ਬਾਰੇ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। SHO ਨੇ ਦੱਸਿਆ ਕਿ ਕਾਰ ਵਿੱਚੋਂ ਲੇਡੀਜ਼ ਪਰਸ, ਬੱਚੇ ਦੇ ਕੱਪੜੇ, ਇੱਕ ਕੱਚ ਦਾ ਗਲਾਸ ਅਤੇ ਕਾਰ ਦੀ RC ਅਤੇ ਸੰਬੰਧਿਤ ਕਾਗਜ਼ ਵੀ ਬਰਾਮਦ ਕਰ ਲਏ ਗਏ ਹਨ। ਮੇਰਾ ਨਾਮ ਸੁਖਦੇਵ ਸਿੰਘ ਸੋਢੀ ਉਰਫ ਬਿੱਟੂ ਮਿੱਠਾ। ਕਿਹੜਾ ਪਿੰਡ ਹੈ ਵੀਜੀ? ਪਿੰਡ ਮੇਰਾ ਤੋਤੇ। ਵੀਜੀ, ਤੁਹਾਡੇ ਬੂਹੇ ਤੇ ਗਾੜੀ ਇੱਕ ਗੱਡੀ ਲੱਗੀ ਆ ਇਟਾਸ। ਗੱਡੀ ਤੜਕੇ ਜੋ ਅਸੀਂ ਦੁਕਾਨ ਤੇ ਆਏ ਆ, ਗੱਡੀ ਲਵਾਰਸ ਖੜੀ ਸੀ ਜੀ। ਅਸੀਂ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਨੇ ਆਣ ਕੇ ਗੱਡੀ ਦੀ ਮਤਲਬ ਕਾਰਵਾਈ ਕੀਤੀ, ਖਾਲੀ ਵੇਖੀ, ਗੱਡੀ ਚੈੱਕ ਕੀਤੀ ਪੁਲਿਸ ਵਾਲਿਆਂ ਨੇ। ਕਾਰਵਾਈ ਕਰਕੇ ਗੱਡੀ ਪੁਲਿਸ ਵਾਲੇ ਦੇ ਦਾਗੇ, ਕਹਿੰਦੇ ਕਿ 10 ਮਿੰਟ ਤੱਕ ਅਸੀਂ ਗੱਡੀ ਲੈ ਜਾਂਗੇ। ਕੋਈ ਗੱਡੀ ਦਾ ਕੋਈ ਵਾਰਸ ਵਗੈਰਾ ਕੋਈ ਲੈਣ ਵਗੈਰਾ ਆਇਆ ਹੋਵੇ? ਹਜੇ ਤੱਕ ਨਹੀਂ ਕੋਈ ਪਹੁੰਚਿਆ ਇੱਥੇ। ਅਸੀਂ ਤਾਂ ਗੱਡੀ ਦੇਖਦੇ ਰਹੇ ਵਾਹਵਾ ਚਿਰ, ਕਾਫੀ ਦੇਰ ਤੱਕ ਡੀਜ਼ਲ ਵਿਹਾਰ ਕੇ। ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਵੀ ਪੁਲਿਸ ਨੂੰ ਰਿਪੋਰਟ ਕਰਨੀ ਚਾਹੀਦੀ ਵੀ ਗੱਡੀ ਲਵਾਰਸ ਆ। ਫਿਰ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਤੇ ਪੁਲਿਸ ਆ ਕੇ ਮਤਲਬ ਵੇਖਿਆ, ਚੈੱਕ ਕੀਤਾ ਤੇ ਗੱਡੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਈ। ਠੀਕ ਹੈ ਜੀ। ਸਰ, ਪਿੰਡ ਦੋਦਿਆਂ ਦੇ ਵਿੱਚ ਇੱਕ ਇਟਾਸ ਗੱਡੀ ਮਿਲੀ ਆ PB01B8518। ਸਰ, ਕੀ ਮਸਲਾ ਹੈ? ਸਰ, ਇਹ ਪਿੰਡ ਦੇ ਵਿੱਚੋਂ ਸਾਨੂੰ ਸੂਚਨਾ ਦਿੱਤੀ ਸੀ ਅੱਜ ਸਵੇਰੇ ਕਿ ਇੱਦਾਂ ਕੋਈ ਰਾਤ ਦੀ ਗੱਡੀ ਜਿਹੜੀ ਇੱਦਾਂ ਲਵਾਰਸ ਪਈ ਹੈ, ਅਤੇ ਮੈਂ ਮੌਕੇ 'ਤੇ ਆਪਣਾ SI ਜਿਹੜਾ ਡਿਊਟੀ ਅਫਸਰ ਭੇਜਿਆ ਸੀਗਾ, ਉਹਨੇ ਸਾਰੀ ਇਨਫੋਰਮੇਸ਼ਨ ਦਿੱਤੀ ਵੀ ਇਹਦੇ ਗੱਡੀ ਦੀ ਜਿਹੜੀ ਆ ਇਹਦੇ ਖੁੱਲ੍ਹੀ ਪਈ ਸੀਗੀ, ਇਹਦੀ ਚਾਬੀ ਹੈ ਨਹੀਂ ਵਿੱਚ, ਅਤੇ ਇਹ ਟੈਕਸੀ ਆ ਅਤੇ ਇਹਦੇ ਵਿੱਚ ਕੋਈ ਲੇਡੀ ਦੇ ਕੱਪੜੇ ਆ, ਸਮਾਨ ਆ, ਬੱਚੇ ਦਾ ਸਮਾਨ ਆ, ਹੋਰ ਜ਼ਰੂਰੀ ਜਿਹੜੀਆਂ ਵਸਤੂਆਂ ਜਿਹੜੀਆਂ ਉੱਦਾਂ ਪਈਆਂ, ਲੇਡੀ ਪਰਸ ਪਿਆ ਸੀਗਾ ਖਾਲੀ, ਅਤੇ ਬਾਕੀ ਇਹਦੀ ਕਰ ਰਹੇ ਹਾਂ ਇਨਵੈਸਟੀਗੇਸ਼ਨ, ਮਾਮਲਾ ਨਿਕਲਦਾ। ਇਹ ਗੱਡੀ ਜਿਹੜੀ ਆ ਟੈਕਸੀ ਆ ਤੇ ਸ਼ਨਾਖਤ ਹੋਈ ਵੀ RC ਮਿਲੀ ਆ, ਲੁਧਿਆਣੇ ਦਾ ਨੰਬਰ ਆ, ਲੁਧਿਆਣੇ ਤੋਂ। ਨਸ਼ੀਲਾ ਪਦਾਰਥ ਵਗੈਰਾ ਨਹੀਂ ਮਿਲਿਆ। ਹੁਣ ਸਰ ਗੱਡੀ ਕਬਜ਼ੇ ਵਿੱਚ ਲਈ ਜਾ ਰਹੀ ਹੈ? ਹਾਂ, ਗੱਡੀ ਕਬਜ਼ੇ 'ਚ ਲਈ ਆ, ਕਿਉਂਕਿ ਗੱਡੀ ਸਟਾਰਟ ਨਹੀਂ ਹੋਣੀ, ਨਾ ਇਹ ਸਟੀਅਰਿੰਗ ਲੌਕ ਹੈਗਾ। ਓਕੇ, ਇਹਦਾ ਫਿਰ ਸਟੀਅਰਿੰਗ ਖੋਲ ਕੇ ਅੱਗੋਂ ਆਪਾਂ ਲੈ ਕੇ ਜਾਵਾਂਗੇ। ਠੀਕ ਹੈ ਸਰ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।